ਕਸ਼ਮੀਰ ਤੋਂ ਆਏ ਸਿੱਖਾਂ ਦੇ ਵਫਦ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਮੁਲਾਕਾਤ ਕਰ ਆਪਣੀਆਂ ਮੁਸ਼ਕਿਲਾਂ ਤੋਂ ਉਹਨਾਂ ਨੂੰ ਜਾਣੂ ਕਰਵਾਇਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਹਨਾਂ ਨੂੰ ਹਰ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਸ਼ਮੀਰੀ ਸਿੱਖਾਂ ਨੂੰ ਵੀ ਪਲਾਇਨ ਕਰਤਾ ਵਾਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ। ਦੇਖੋ, ਤਾਜ਼ਾ ਹਾਲਾਤਾਂ ਵਿੱਚ ਜੋ ਮੁਸ਼ਕਲਾਂ ਸਾਰੀ ਆਵਾਮ ਨੂੰ ਨੇ ਉੱਥੇ ਦੀਆਂ ਨੇ, ਸਾਨੂੰ ਵੀ ਹੋਈ। ਪ੍ਰਧਾਨ ਜੀ ਨੂੰ ਅਸੀਂ ਮਿਲੇ ਹਾਂ ਕਿ ਸਾਡੀਆਂ ਕੋਈ ਵੱਡੀਆਂ ਪ੍ਰੋਬਲਮ ਨੇ। ਦੇਖੋ, ਉੱਥੇ ਸਾਡਾ ਇੱਕ ਭਾਈਚਾਰਾ ਹੈ, ਮੁਸਲਮਾਨ ਵੀ ਜਿਸ ਵਿੱਚ ਨੇ ਪੰਡਿਤ ਭਾਈਚਾਰੇ ਵੀ, ਉਹ ਮਾਈਗਰੈਂਟ ਹੋ ਕੇ ਚਲੇ ਆਏ ਨੇ। ਉਹਨਾਂ ਨੂੰ ਪੈਕੇਜ ਸ਼੍ਰੀਨਗਰ ਵਿੱਚ ਵੀ ਮਿਲ ਰਿਹਾ ਹੈ ਅਤੇ ਬਾਕੀ ਜਗ੍ਹਾ ਥਾਵਾਂ 'ਤੇ ਵੀ ਮਿਲ ਰਿਹਾ ਹੈ, ਪਰ ਸਾਨੂੰ ਕਿਉਂ ਨਹੀਂ ਮਿਲ ਰਿਹਾ? ਅਸੀਂ ਇਹ ਪੁੱਛਣਾ ਚਾਹੁੰਦੇ ਹਾਂ, ਭਾਰਤ ਦੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ, ਆਪਣੀ ਸਰਕਾਰ ਨੂੰ ਵੀ, ਅਤੇ ਇਹਨਾਂ ਦੀ ਨੋਟਿਸ ਵੀ ਲਾਇਆ, ਕਿਉਂ ਸਾਨੂੰ ਕਿਉਂ ਨਹੀਂ ਉਹੀ ਪੈਕੇਜ? ਅਗਰ ਸਾਡੇ ਲੋਕ ਜਾਂਦੇ ਨੇ, ਜੇ ਕੋਈ ਵੀ ਜਾਂਦਾ ਤਾਂ ਉਹਨੂੰ ਮਾਈਗ੍ਰੇਸ਼ਨ ਮਿਲ ਜਾਂਦੀ ਹੈ ਜੰਮੂ ਵਿੱਚ, ਲੇਕਿਨ ਸਿੱਖ ਸਮੁਦਾਇ ਨੂੰ ਉਹ ਮਾਈਗ੍ਰੇਸ਼ਨ ਨਹੀਂ ਦਿੰਦੇ। ਜਾਂ ਤਾਂ ਅਸੀਂ ਸਮਝਦੇ ਹਾਂ ਕੁਰਬਾਨੀ ਦੇ ਬੱਕਰੇ ਰੱਖੇ ਹੋਏ ਨੇ, ਨਾ ਅਸੀਂ ਹਿੱਲ ਸਕਦੇ ਹਾਂ, ਨਾ ਕਿਤੇ ਜਾ ਸਕਦੇ ਹਾਂ। ਔਰ ਮਾਈਨਾਰਟੀ ਸਟੈਟਸ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਕਮਿਸ਼ਨ ਬਣਾਇਆ, ਕਮਿਸ਼ਨ ਨੇ ਮਾਈਨਾਰਟੀ ਸਟੈਟਸ ਕੀਤਾ ਵੀ ਸਾਰੀਆਂ ਸਟੇਟਾਂ ਵਾਸਤੇ, ਪਰ ਅੱਜ ਤੱਕ ਉਹ ਮਾਈਨਾਰਟੀ ਸਟੇਟਸ ਨਹੀਂ ਦਿੱਤਾ ਗਿਆ ਸਾਨੂੰ, ਨਾ ਕੋਈ ਸਾਨੂੰ ਪੈਕੇਜ ਦਿੱਤਾ ਗਿਆ। ਹਾਲਾਂਕਿ ਅਸੀਂ ਇੱਕ ਕਮਿਊਨਿਟੀ ਹੈ, ਮਾਈਨਾਰਟੀ ਕਮਿਊਨਿਟੀ, ਜਿਹੜੀ ਇਸ ਵਕਤ ਕਸ਼ਮੀਰ ਵਿੱਚ ਰਹਿ ਰਹੀ। ਉਹਦੇ ਸੰਬੰਧ ਵਿੱਚ ਵੀ ਉਹਨਾਂ ਨੇ ਕਿਤੇ ਜਾਣਕਾਰੀ ਦਿੱਤੀ ਹੈ, ਉੱਥੇ ਮੈਂ ਮਹਿਸੂਸ ਕਰਦਾ ਕਿ ਇਹ ਇਤਿਹਾਸ ਜਿਹੜਾ ਉਹਨਾਂ ਦੀ ਉੱਥੇ ਮੌਜੂਦਗੀ ਨੂੰ ਬਹੁਤ ਜ਼ਿਆਦਾ ਹਿੰਦੁਸਤਾਨ ਦੇ ਹਿੱਤ ਲਈ ਉਹ ਇੱਕ ਮਜ਼ਬੂਤ ਵਿਸ਼ਾ ਬਣਦਾ ਹੈ ਕਿ ਇਹਨਾਂ ਲੋਕਾਂ ਦੀ ਹਿਫਾਜ਼ਤ ਕਰਕੇ, ਇਹਨਾਂ ਦੀ ਜਾਨ ਮਾਲ ਦੀ ਰਾਖੀ ਕਰਕੇ, ਔਰ ਇਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਜਿਹੜੇ ਲੋਕ ਕਸ਼ਮੀਰ ਦੇ ਵਿੱਚੋਂ ਪਲਾਇਨ ਕਰਕੇ ਚਲੇ ਗਏ, ਔਰ ਉਹਨਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਗਵਰਨਮੈਂਟ ਕਰਵਾ ਰਹੀ ਹੈ, ਰਹਿਣ ਸਹਿਣ ਦੀ ਔਰ ਉਹਨਾਂ ਦੇ ਕਾਰੋਬਾਰ ਦੀ, ਬੱਚਿਆਂ ਦੀਆਂ ਨੌਕਰੀਆਂ ਦੀ ਸਾਰੀਆਂ ਸਹੂਲਤਾਂ ਦੇ ਰਹੀ ਹੈ। ਉਹ ਇਸ ਘੱਟ ਗਿਣਤੀ ਕਮਿਊਨਿਟੀ, ਜਿਹੜੀ ਬਹੁਤ ਘੱਟ ਗਿਣਤੀ, ਮਾਈਕਰੋਸਕੋਪਿਕ ਘੱਟ ਗਿਣਤੀ ਹੈ ਸਿੱਖ ਕੌਮ ਦੀ ਉੱਥੇ, ਉਹਦੀਆਂ ਦੇ ਲਈ ਵੀ ਇਹ ਸੁੱਖ ਸਹੂਲਤਾਂ ਜਿਹੜੀਆਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਪ੍ਰਦਾਨ ਕਰਨੀਆਂ ਚਾਹੀਦੀਆਂ ਨੇ। ਬਿਊਰੋ ਰਿਪੋਰਟ, ਪੰਜਾਬ ਨਾਓ।